ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਥੇ ਹੀ 20ਵੀਂ ਸਦੀ ਦੇ ਹੋ ਗੁਜ਼ਰਿਆ ਉਰਦੂ ਦਾ ਮਸ਼ਹੂਰ ਮਾਰੂਫ ਸ਼ਾਇਰ ਡਾਕਟਰ ਮੁਹੰਮਦ ਇਕਬਾਲ, ਉਹਦੀ ਇੱਕ ਨਜ਼ਮ ਜੋ ਦੇਸ਼ ਦਾ ਕੌਮੀ ਤਰਾਨਾ ਬਣ ਗਈ ਤੇ ਹਰ ਸਕੂਲ ਦੇ ਬੱਚੇ ਉਸਨੂੰ ਪ੍ਰਾਰਥਨਾ ਦੇ ਰੂਪ ਦੇ ਗਾਇਨ ਕਰਦੇ ਸਨ। ਪੂਰਬ ਦੇ ਟੈਗੋਰ ਸੀ ਤੇ ਪੱਛਮ ਦੇ ਡਾਕਟਰ ਮੁਹੰਮਦ ਇਕਬਾਲ। ਇਕਾਗਰਤਾ ਪ੍ਰਦਾਨ ਕਰਨੇ ਸਿੱਖ ਸੰਗਤਾਂ ਦਾ ਹੜ ਆ ਰਿਹਾ ਔਰ ਮੈਂ ਸਮਝਦਾ ਇਹ ਪਹਿਲੀ ਦਫ਼ਾ ਕੌਮ ਦੀ ਰਹਿਬਰੀ ਪੰਜ ਧਾਰਮਿਕ ਪੰਜ ਪਿਆਰੇ ਸਿੰਘ ਸਾਹਿਬਾਨ ਕਰ ਰਹੇ ਨੇ ਔਰ 40-45 ਸਾਲ ਤੋਂ ਬਾਅਦ ਐਸਾ ਪਹਿਲਾ ਮੌਕਾ ਮਿਲਿਆ ਕਿ ਧਾਰਮਿਕ ਪੁਰਸ਼ ਕੌਮ ਦੀ ਅਗਵਾਈ ਕਰਨ, ਪਹਿਲਾ ਹੀ ਮੌਕਾ ਮਿਲਿਆ। 40-45 ਸਾਲ ਤੱਕ ਤੇ ਸਿਆਸੀ ਬੰਦੇ ਰਹਿਨੁਮਾਈ ਕਰਦੇ ਰਹੇ, ਅਗਵਾਈ ਕਰਦੇ ਰਹੇ ਤੇ 40-45 ਸਾਲ ਵਿੱਚ ਅਸੀਂ ਜੋ ਕੁਛ ਪ੍ਰਾਪਤ ਕੀਤਾ ਉਹ ਤੁਹਾਡੇ ਸਾਹਮਣੇ ਹੈ ਤੇ ਹੁਣ ਅਸੀਂ ਰਹਿਬਰੀ ਦਿੱਤੀ ਹੈ ਗੁਰੂ ਪੰਥ ਦੇ ਪੰਜ ਮੁਖੀਆਂ ਨੂੰ, ਸਿੰਘ ਸਾਹਿਬਾਨ ਨੂੰ, ਸਤਿਗੁਰ ਰਹਿਮਤ ਕਰਨ, ਉਹਨਾਂ ਨੂੰ ਸਮਰੱਥਾ ਦੇਣ, ਤਾਕਤ ਦੇਣ ਤਾਂ ਕਿ ਉਹ ਕੌਮ ਨੂੰ ਸਹੀ ਮੰਜ਼ਲੇ ਮਕਸਦ ਤੇ ਪਹੁੰਚਾ ਸਕਣ। ਮੈਂ ਅਰਜ਼ ਕਰ ਰਿਹਾ ਸੀ 20ਵੀਂ ਸਦੀ ਦਾ ਹੋ ਗੁਜ਼ਰਿਆ ਮਸ਼ਹੂਰ ਮਾਰੂਫ ਸ਼ਾਇਰ ਡਾਕਟਰ ਇਕਬਾਲ ਨੇ ਇੱਕ ਕੌਮੀ ਤਰਾਨਾ ਲਿਖਿਆ ਸੀ ਹਿੰਦੁਸਤਾਨ ਦੇ ਸੰਬੰਧਿਤ, ਜੋ ਹਰ ਸਕੂਲ ਦੇ ਗਾਇਨ ਕੀਤਾ ਗਿਆ ਤੇ ਕਰੀਬਨ ਹਰ ਹਿੰਦੁਸਤਾਨੀ ਨੂੰ ਕੰਠ ਵੀ ਹੋ ਗਿਆ। ਉਹ ਤਰਾਨਾ ਸੀ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਹਮ ਬੁਲਬੁਲ ਹੈ ਇਸਕੀ ਯੇ ਗੁਲਿਸਤਾਨ ਹਮਾਰਾ। ਇਹ ਇਕਬਾਲ ਦਾ ਕੌਮੀ ਤਰਾਨਾ ਸੀ ਹਿੰਦੁਸਤਾਨ ਦੇ ਸੰਬੰਧ, ਇਸ ਦੇਸ਼ ਦੇ ਸੰਬੰਧ। ਇਸ ਨੂੰ ਹਰ ਸਕੂਲ ਦੇ ਬੱਚੇ ਕੌਮੀ ਤਰਾਨੇ ਦੇ ਰੂਪ ਵਿੱਚ ਗਾਇਨ ਕਰਦੇ ਸਨ ਔਰ ਕਰੀਬਨ ਹਰ ਦੇਸ਼ ਭਗਤ ਨੇ ਇਸ ਨੂੰ ਕੰਠ ਵੀ ਕਰ ਲਿਆ ਕਿ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਹਮ ਬੁਲਬੁਲੇ ਹੈ ਇਸਕੀ ਯੇ ਗੁਲਿਸਤਾਨ ਹਮਾਰਾ। ਵਕਤ ਲੰਘਿਆ, ਸਮਾਂ ਲੰਘਿਆ, ਇਸ ਸਮੇਂ ਦੇ ਹੱਥੋਂ ਸਤਾਇਆ ਗਿਆ ਡਾਕਟਰ ਇਕਬਾਲ। ਦੇਸ਼ ਦੀ ਬਹੁਗਿਣਤੀ ਨੇ ਇਸ ਹੱਦ ਤੱਕ ਪ੍ਰੇਸ਼ਾਨ ਕੀਤਾ, ਉਹਦੀ ਜ਼ਮੀਰ ਨੂੰ ਚਿਕਨਾ ਚੂਰ ਕੀਤਾ, ਉਹਨੂੰ ਦਿਮਾਗੀ ਤੌਰ ਤੇ ਇਤਨੀ ਸੱਟ ਪਹੁੰਚਾਈ। ਉਸੇ ਕੌਮੀ ਤਰਾਨੇ ਦੇ ਲਿਖਾਰੀ ਨੇ ਇੱਕ ਦੂਜਾ ਸ਼ੇਰ ਲਿਖਿਆ। ਉਹ ਪਤਾ ਕਿ ਉਹ ਸ਼ੇਰ ਹੈ ਇਹ, ਮੁੱਦ ਤੇ ਗੁਜ਼ਰੀ ਹੈ ਇਤਨੀ, ਰੰਜੋ ਵਨ ਸਹਿਤੇ ਹੋਏ, ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਤੇ ਹੋਏ। ਉਸਨੇ ਉਹੀ ਸ਼ਾਇਰ ਜਿਸਨੇ ਤਰਾਨਾ ਲਿਖਿਆ ਕਿ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ,
ਉਹੀ ਸ਼ਾਇਰ ਕਹਿੰਦਾ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ। ਸੋਚਣਾ ਪਏਗਾ ਹਿੰਦੁਸਤਾਨ ਦੇ ਸੰਬੰਧ ਵਿੱਚ, ਇਸ ਦੇਸ਼ ਦੇ ਸੰਬੰਧ ਵਿੱਚ ਇਤਨੀ ਪਾਏਦਾਰ ਨਜ਼ਮ ਲਿਖਣ ਵਾਲਾ, ਇਤਨਾ ਮਹਾਨ ਕੌਮੀ ਤਰਾਨਾ ਲਿਖਣ ਵਾਲਾ ਜਿਹਨੂੰ ਹਰ ਬੱਚੇ ਨੇ ਕੰਠ ਕਰ ਲਿਆ, ਹਰ ਸਕੂਲ ਵਿੱਚ ਗਾਇਨ ਕੀਤਾ ਜਾਂਦਾ ਰਿਹਾ, ਹਰ ਹਿੰਦੁਸਤਾਨੀ ਨੇ ਬੜੇ ਫਖਰ ਦੇ ਨਾਲ ਉਸ ਤਰਾਨੇ ਨੂੰ ਗਾਇਨ ਕੀਤਾ ਤੇ ਯਾਦ ਕੀਤਾ, ਤੇ ਉਹੀ ਮਹਾਨ ਸ਼ਾਇਰ ਬਿਲਕੁਲ ਬਦਲ ਗਿਆ, ਉਹਦੇ ਵਿਚਾਰ ਬਦਲ ਗਏ, ਉਹਦੀ ਸੋਚਣੀ ਬਦਲ ਗਈ, ਉਹਦਾ ਨੁਕਤਾ ਨਿਗਾਹ ਬਦਲ ਗਿਆ। ਔਰ ਉਹ ਕਹਿੰਦਾ ਮੁਗਧ ਸੇ ਗੁਜ਼ਰੀ ਹੈ ਇਤਨੀ, ਰੰਜੋ ਗਮ ਸਹਿਤੇ ਹੋਏ, ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੋਏ। ਬਈ ਕਿਉਂ, ਉਹਦੇ ਨਾਲ ਜੋ ਵਧੀਕੀਆਂ ਹੋਈਆਂ ਉਹ ਜਾਣੇ, ਆਪਾਂ ਨਹੀਂ ਖੋਲਣੀਆਂ, ਇਸ ਵਿੱਚ ਖੋਲਣ ਦਾ ਸਮਾਂ ਵੀ ਨਹੀਂ ਤੇ ਖੋਲਣ ਦਾ ਮਾਹੌਲ ਵੀ। ਪਰ ਕਿਵੇਂ ਕਰਨੇ, ਅਸੀਂ ਇਸ ਦੇਸ਼ ਤੇ ਮਾਣ ਕੀਤਾ ਔਰ ਮਾਣ ਕਰਦੇ ਰਹੇ, ਬੜੀ ਮੁੱਦਤ ਤੋਂ ਮਾਣ ਕਰਦੇ ਰਹੇ, ਇਤਨਾ ਮਾਣ ਕੀਤਾ ਕਿ ਦੇਸ਼ ਦੀ ਰੱਖਿਆ ਦੀ ਖਾਤਰ ਗੁਰੂਆਂ ਨੇ ਆਪਣੇ ਸੀਸ ਭੇਟ ਕੀਤੇ, ਗੁਰੂਆਂ ਦੇ ਬੱਚੇ ਸ਼ਹੀਦ ਹੋਏ, ਬੜੇ ਬੜੇ ਸਿੱਖ ਬ੍ਰਹਮ ਗਿਆਨੀ ਔਰ ਸੰਤ ਮਹਾਤਮਾ ਕਦਮ ਕਦਮ ਦੇ ਉੱਤੇ ਦੇਸ਼ ਤੇ ਦੇਸ਼ ਦੀ ਸੰਸਕ੍ਰਿਤੀ ਦੀ ਰੱਖਿਆ ਲਈ ਕੁਰਬਾਨੀਆਂ ਦਿੰਦੇ ਰਹੇ। ਔਰ ਇਹ ਸਿਲਸਿਲਾ ਕਾਫੀ ਲੰਬੇ ਸਮੇਂ ਤੱਕ ਜਾਰੀ ਰਿਹਾ। ਇਕਬਾਲ ਨੂੰ ਪਤਾ ਨਹੀਂ ਕੀ ਚੋਟ ਲੱਗੀ, ਉਸਨੇ ਆਖ ਦਿੱਤਾ ਹੁਣ ਮੈਨੂੰ ਸ਼ਰਮ ਆਉਂਦੀ ਹੈ ਕਿ ਮੈਂ ਇਹ ਆਖਾਂ ਕਿ ਇਹ ਦੇਸ਼ ਮੇਰਾ ਹੈ, ਮੈਨੂੰ ਸ਼ਰਮ ਆਉਂਦੀ ਹੈ। ਤੇ ਖਿਮਾ ਕਰਨੇ, ਜੋ ਕੁਛ ਹੋਇਆ ਅੱਜ ਤੱਕ, ਕਰੀਬਨ ਕਰੀਬਨ ਮੈਂ 5-7 ਦਿਨ ਪਹਿਲੇ ਹੀ ਸ਼ਾਇਦ ਕਲਕੱਤੇ ਵਿੱਚ ਪੜ ਰਿਹਾ ਸੀ ਕਿ ਸਿੱਖ ਜਿਹੜਾ ਹੈ ਇਹ ਸਿਆਸੀ ਵਧੀਕੀਆਂ ਤੇ ਬਰਦਾਸ਼ਤ ਕਰ ਲੈਂਦਾ। 40 ਸਾਲ ਤੋਂ ਅਸੀਂ ਬਰਦਾਸ਼ਤ ਕਰਦੇ ਆਏ, ਤੁਸੀਂ ਕਿਸੇ ਸਿੱਖ ਨੂੰ ਫੌਜ ਦੇ ਸਭ ਤੋਂ ਉੱਚਾ ਰੁਤਬਾ ਨਹੀਂ ਦੇਣਾ, ਚਲੋ ਨਾ ਸਹੀ, ਬਰਦਾਸ਼ਤ ਕੀਤਾ। ਤੁਸੀਂ ਬੇਸਰ ਗੱਡੀਆਂ ਦੇ ਨਾਂ ਆਪਣੇ ਤੀਰਥਾਂ ਤੇ ਰੱਖੇ, ਗੰਗਾ ਜਮਨਾ ਐਕਸਪ੍ਰੈਸ, ਗੋਮਤੀ ਐਕਸਪ੍ਰੈਸ, ਵਿਸ਼ਵਨਾਥ ਕਾਸ਼ੀ ਐਕਸਪ੍ਰੈਸ, ਗੀਤਾਂਜਲੀ ਐਕਸਪ੍ਰੈਸ, ਸੰਗਮ ਐਕਸਪ੍ਰੈਸ, ਵਿਸ਼ਵਨਾਥ ਕਾਸ਼ੀ ਤੋਂ ਬਾਅਦ ਫਿਰ ਇਹਨਾਂ ਨੇ ਜਗਨਨਾਥ ਪੁਰੀ ਐਕਸਪ੍ਰੈਸ, ਤੇ ਫਿਰ ਸੋਮਨਾਥ ਮੇਲ ਪਈ ਚੱਲਦੀ ਹੈ ਅਹਿਮਦਾਬਾਦ ਤੋਂ ਲੈ ਕੇ ਵੈਰਾਵਲ ਤੱਕ, ਅਨੇਕਾਂ ਗੱਡੀਆਂ ਜਿਨ੍ਹਾਂ ਦੇ ਇਹਨਾਂ ਨੇ ਆਪਣੇ ਤੀਰਥਾਂ ਦੇ ਨਾਮ ਦਿੱਤੇ, ਉਹ ਗੱਡੀਆਂ ਦੇ ਨਾਂ ਰੱਖੇ ਨੇ, ਗੱਡੀਆਂ ਚੱਲ ਰਹੀਆਂ ਨੇ। ਇਹਨਾਂ ਦੀਆਂ ਗਾਲਬਨ ਜੋ ਮੇਰੀ ਗਿਣਤੀ ਚ ਆਈਆਂ 28 ਗੱਡੀਆਂ ਨੇ ਜੋ ਤੀਰਥਾਂ ਦੇ ਨਾਂ ਦਿੱਤੇ ਚੱਲ ਰਹੀਆਂ ਨੇ, ਤੇ ਇੱਕ ਗੱਡੀ ਵੀ ਕਿਸੇ ਸਿੱਖ ਤੀਰਥ ਦੇ ਨਾਮ ਦਿੱਤੇ ਨਹੀਂ ਚੱਲ ਰਹੀ ਸੀ। ਇਹ ਵਧੀਕੀ ਵੀ ਸਾਨੂੰ ਬਰਦਾਸ਼ਤ, ਚਲੋ ਕੋਈ ਗੱਲ ਨਹੀਂ, ਐਲਾਨ ਕੀਤਾ ਸੀ ਇਹਨਾਂ ਨੇ ਕਿ ਅਸੀਂ ਗੋਲਡਨ ਟੈਂਪਲ ਐਕਸਪ੍ਰੈਸ ਚਲਾਵਾਂਗੇ, ਸਵਰਨ ਮੰਦਿਰ ਐਕਸਪ੍ਰੈਸ ਚਲਾਵਾਂਗੇ। ਪਰ ਸਿਮਾ ਕਰਨੇ, ਜਦੋਂ ਗੱਡੀ ਇੱਥੇ ਅੰਮ੍ਰਿਤਸਰ ਪਹੁੰਚੀ ਸੀ ਉਸਦਾ ਨਾਂ ਸੀ ਟਾਟਾ ਨਗਰ ਐਕਸਪ੍ਰੈਸ, ਕੋਈ ਸਵਰਨ ਮੰਦਿਰ ਐਕਸਪ੍ਰੈਸ ਨਹੀਂ, ਤੇ ਮੈਨੂੰ ਹੈਰਾਨ ਹੋਈ ਖਾਸ ਕਰਕੇ ਉਸ ਗੱਡੀ ਦਾ ਨਾਂ ਦੇਖ ਕੇ ਵੀ ਜਿਹੜੇ ਇੱਕ ਗੱਡੀ ਦਾ ਨਾਂ ਸਵਰਨ ਮੰਦਿਰ
ਬਰਦਾਸ਼ਤ ਨਹੀਂ ਕਰ ਸਕਦੇ, ਇਹ ਦੁਸ਼ਟ ਸਵਰਨ ਮੰਦਰ ਨੂੰ ਕਿਸ ਤਰ੍ਹਾਂ ਬਰਦਾਸ਼ਤ ਕਰਨਗੇ? ਇੱਕ ਨਾਮ ਹੀ ਨਹੀਂ ਬਰਦਾਸ਼ਤ ਕਰ ਸਕਦੇ। ਗੋਲਡਨ ਟੈਂਪਲ ਐਕਸਪ੍ਰੈਸ, ਇਹ ਬਰਦਾਸ਼ਤ ਨਹੀਂ ਹੋਇਆ। ਅਸੀਂ ਕਦੀ ਨਹੀਂ ਇਤਰਾਜ਼ ਕੀਤਾ ਵੀ ਤੁਸੀਂ ਗੰਗਾ ਜਮਨਾ ਐਕਸਪ੍ਰੈਸ ਕਿਉਂ ਚਲਾਈ ਹੋਈ ਹੈ, ਸੰਗਮ ਐਕਸਪ੍ਰੈਸ ਕਿਉਂ ਚਲਾਈ ਹੋਈ ਹੈ, ਵਿਸ਼ਵਨਾਥ ਕਾਸ਼ੀ ਐਕਸਪ੍ਰੈਸ ਕਿਉਂ ਚਲਾਈ ਹੋਈ ਹੈ, ਔਰ ਤੁਸੀਂ ਗੀਤਾਂਜਲੀ ਐਕਸਪ੍ਰੈਸ, ਜਗਨਨਾਥ ਪੁਰੀ ਐਕਸਪ੍ਰੈਸ, ਸੋਮਨਾਥ ਮੇਲ ਚਲਾਈ ਹੋਈ ਹੈ। ਅਨੇਕਾਂ ਗੱਡੀਆਂ ਤੀਰਥਾਂ ਦੇ ਨਾਂ ਦੇ ਉੱਤੇ ਚੱਲ ਰਹੀਆਂ, ਨਹੀਂ ਚੱਲੀ ਇੱਕ ਗੱਡੀ ਸਵਰਨ ਮੰਦਰ ਐਕਸਪ੍ਰੈਸ ਦੇ ਨਾਂ ਤੇ, ਅਸੀਂ ਇਹ ਵਧੀਕੀ ਬਰਦਾਸ਼ਤ ਕਰ ਲਈ, ਸਹਿਨ ਕਰ ਲਿਆ, ਬਰਦਾਸ਼ਤ ਕਰ ਲਿਆ। ਔਰ ਇਸ ਤਰ੍ਹਾਂ ਦੀਆਂ ਸਿਆਸੀ ਵਧੀਕੀਆਂ ਨੂੰ ਜੋ ਹੁਣ ਗਿਣਨ ਲੱਗੀ ਹੈ ਤਾਂ ਮੇਰੇ ਖਿਆਲ ਗਿਣਤੀ ਮੁੱਕ ਜਾਣੀ ਹੈ, ਹਿੰਸੇ ਮੁੱਕਣੇ ਨੇ, ਵਧੀਕੀਆਂ ਨਹੀਂ ਮੁੱਕਣੀਆਂ ਇਹਨਾਂ ਦੀਆਂ। ਇੰਨੀਆਂ ਵਧੀਕੀਆਂ ਇਹਨਾਂ ਨੇ 35-40 ਸਾਲ ਵਿੱਚ ਕੀਤੀਆਂ। ਮੈਂ ਉਹ ਮੈਗਜ਼ੀਨ ਪੜ੍ਹ ਰਿਹਾ ਸੀ, ਉਹਦੇ 'ਚ ਲਿਖਿਆ ਸੀ ਜਿਹੜਾ ਸਿੱਖ ਹੈ ਇਹ ਸਿਆਸੀ ਵਧੀਕੀ ਤੇ ਬਰਦਾਸ਼ਤ ਕਰ ਸਕਦਾ ਹੈ, ਧਾਰਮਿਕ ਵਧੀਕੀ ਨਹੀਂ ਬਰਦਾਸ਼ਤ ਕਰ ਸਕਦਾ। ਜਦ ਧਰਮ ਧਾਰਮਿਕ ਤੌਰ ਤੇ ਇਹਦੇ ਨਾਲ ਵਧੀਕੀ ਹੋਵੇਗੀ, ਇਹ ਕੁਰਬਾਨ ਹੋਵੇਗਾ, ਇਹ ਮਿੱਟੇਗਾ, ਇਹ ਨਿਛਾਵਰ ਹੋਵੇਗਾ। ਸੋ ਖਿਮਾ ਕਰਨੇ ਸਾਰੇ ਆਮ ਚੌਕ ਦੇ ਸਿੱਖ ਕੌਮ ਦੀ ਪੱਗ ਲਾ ਕੇ ਰੱਖ ਦਿੱਤੀ ਗਈ। ਔਰੰਗਜ਼ੇਬ ਹਿੰਦੂ ਧਰਮ ਨੂੰ ਸ਼ਰਮਸਾਰ ਕਰਨ ਲਈ ਜਨੇਊ ਉਤਾਰਦਾ ਸੀ, ਇਹਨਾਂ ਨੇ ਸਾਨੂੰ ਸ਼ਰਮਸਾਰ ਕਰਨ ਲਈ ਸਾਡੀਆਂ ਕਿਰਪਾਨਾਂ ਉਤਾਰੀਆਂ ਔਰ ਹਰ ਥਾਂ ਤੇ ਬੇਇੱਜ਼ਤ ਕੀਤਾ ਤੇ ਸ਼ਰਮਸਾਰ ਕੀਤਾ। ਇਕਬਾਲ ਨੇ ਪਤਾ ਨਹੀਂ ਕਿਸ ਸ਼ਰਮਸਾਰੀ ਦੇ ਤਹਿਤ ਇਹ ਆਖਿਆ ਸੀ ਹੁਣ ਮੈਨੂੰ ਸ਼ਰਮ ਆਉਂਦੀ ਹੈ। ਖਿਮਾ ਕਰਨੇ ਸਾਰੇ ਦੀਆਂ ਅੱਖਾਂ ਨੇ ਮਨਜ਼ਰ ਦੇਖ ਲਿਆ ਅਕਾਲ ਤਖ਼ਤ ਦਾ, ਔਰ ਹਜ਼ਾਰਾਂ ਸਿੰਘਾਂ ਨਾਲ ਜੋ ਬੀਤੇ ਹੈ, ਔਰ ਆਪਣੀ ਦੁਸ਼ਟ ਕਾਨਫਰੰਸ ਕਰੋ ਕਿ ਤੁਸੀਂ 1-1,000 ਰੁਪਏ ਇੱਕ ਇੱਕ ਬੰਦੇ ਨੂੰ ਵੀ ਦਿਓ, ਆਉਣ ਜਾਣ ਦਾ ਕਿਰਾਇਆ ਵੀ ਕਰੋ, ਪਰ ਸੱਚ ਦਾ ਸੰਮੇਲਨ ਹੋਵੇ, ਧਾਰਮਿਕ ਸੰਮੇਲਨ ਹੋਵੇ, ਤੇ ਤੁਸੀਂ ਚਾਰੋਂ ਪਾਸੇ ਰਸਤੇ ਰੋਕ ਦਿਓ ਤਾਂ ਕਹਿਣਾ ਹੀ ਪਏਗਾ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ। ਉਸ ਘਰ ਨੂੰ ਆਪਣਾ ਘਰ ਕਿਸ ਤਰ੍ਹਾਂ ਆਖੀਏ ਕਿ ਘਰ ਦੇ ਕੀ ਕੋਈ ਸਾਡੀ ਪੱਗ ਲਾ ਛੱਡੇ। ਮੈਂ ਪੜ੍ਹ ਰਿਹਾ ਸੀ ਯੂਨਾਨ ਦੇ ਪ੍ਰਸਿੱਧ ਦਾਰਸ਼ਨਿਕ ਸੰਤ ਸੁਕਰਾਤ ਦੇ ਕੁਛ ਬੋਲ। ਅੱਜ ਤੋਂ 2,500 ਸਾਲ ਪਹਿਲੇ ਏਥਨ ਦੇ ਇਹ ਬੜਾ ਪ੍ਰਸਿੱਧ ਦਾਰਸ਼ਨਿਕ ਉਹ ਗੁਜ਼ਰਿਆ। ਇਹ ਕਹਿੰਦਾ ਹੈ ਕਿ ਸਮਾਜ ਦੇ ਸਤਾਏ ਹੋਏ ਮਨੁੱਖ ਚਿੰਤਕ ਹੋ ਜਾਂਦੇ ਨੇ, ਘਰੇਲੂ ਝਗੜਿਆਂ ਦੇ ਸਤਾਏ ਹੋਏ ਮਨੁੱਖ ਸੰਤ ਹੋ ਜਾਂਦੇ ਨੇ, ਫਕੀਰ ਹੋ ਜਾਂਦੇ ਨੇ। ਉਹਦਾ ਆਪਣਾ ਅਨੁਭਵ ਉਹਨੇ ਗੱਲ ਕਹੀ ਹੈ ਤੇ ਮੈਨੂੰ ਤਾਂ ਇੰਝ ਲੱਗਦਾ ਬਾਬੇ ਨੇ ਵੀ ਇਹ ਸਹਿਮਤੀ ਪ੍ਰਗਟਾਈ ਹੈ ਗੁਰੂ ਨਾਨਕ ਦੇਵ ਜੀ ਨੇ। ਧੂੰਵਰ ਤਾਪ ਦੇਰੀ ਕੇ ਵੱਤਾ ਅਪਦਾ ਕਾ ਮਾਰਾ ਗ੍ਰਹਿ ਤੇ ਨਾ, ਘਰ ਵਿੱਚ ਕੋਈ ਅਪਤਾ ਵਿਪਤਾ ਪੈ ਗਈ, ਪਤਨੀ ਮਰ ਗਈ, ਜਾਂ ਮੁੰਡਾ ਇਕਲੌਤਾ ਸੀ ਚਰਾਣਾ ਕਰ ਗਿਆ, ਜਾਂ ਦਿਵਾਲੀਆ ਹੋ ਗਿਆ, ਜਾਂ ਘਰ ਦੇ ਕਲੇਸ਼ ਹੈ ਝਗੜਾ ਹੈ, ਕਹਿੰਦਾ ਚਲੋ ਹੁਣ ਸੰਤ ਬਣੋ, ਫਕੀਰ ਬਣੋ। ਤੇ ਘੁੰਮਦਿਆਂ ਫਿਰਦਿਆਂ ਦੇਸ਼ ਵਿੱਚ ਜਦੋਂ ਮੈਨੂੰ ਕੋਈ ਕਹਿੰਦਾ ਨਾ ਮਸਕੀਨ ਜੀ ਹੁਣ ਤੇ ਸਾਡੇ ਨਾਲ ਵਿਚਰਨ ਨੂੰ ਜੀ ਕਰਦਾ, ਮੈਂ ਪੁੱਛ ਲੈਂਦਾ ਮੈਂ ਘਰ ਬਾਰ ਤੇ ਖੈਰ ਖਰੀਅਤ ਨਾ ਲੈਣਾ, ਘਰੋਂ ਤੇ ਔਖਾ ਨਹੀਂ ਨਾ ਕੋਈ, ਕਿਉਂਕਿ ਸਾਡੇ ਨਾਲ ਰੋਜ਼ ਹੁਣ ਸਫ਼ਰ ਜਿਹੜਾ ਤਿਆਰ ਹੋਣ ਨੂੰ ਰਾਜ਼ੀ ਹੈ।
ਤੇ ਰੋਜ਼ ਔਕੜਾ ਝੇਲਣ ਨੂੰ ਲਾਜ਼ੀ ਹੈ। ਇਹਦਾ ਮਤਲਬ ਇਸ ਔਕੜਾ ਨਾਲੋਂ ਘਰ ਦੇ ਜ਼ਿਆਦਾ ਔਕੜਾ ਤਾਂ ਹੀ ਜੋ ਹੈ ਚੱਲਣ ਨੂੰ ਕਹਿੰਦਾ ਪਿਆ, ਵਰਨਾ ਕਾਹਨੂੰ ਆਖੇਗਾ ਧੂਅਰ। ਤਾਪ ਗੇਰੀ ਕੇ ਬਸਦਾ ਅਪਦਾ ਕਾ ਮਾਰਾ ਗ੍ਰਹਿ ਤੇ ਨਸਦਾ। ਘਰੋਂ ਨਸਦਾ ਬੰਦਾ ਉਦੋਂ ਜਦ ਘਰ ਦੇ ਕੋਈ ਅਪਦਾ, ਘਰ ਦੇ ਜੋ ਹੈ ਕੋਈ ਵਿਪਤਾ। ਤੇ ਸੁਕਰਾਵਤ ਕਹਿੰਦਾ ਹੈ ਘਰੇਲੂ ਝਗੜਿਆਂ ਦਾ ਸਤਾਇਆ ਹੋਇਆ ਮਨੁੱਖ, ਸਮਝ ਲੈਣਾ ਉੱਥੇ ਘਰੇਲੂ ਔਕੜਾ ਬਹੁਤ ਜ਼ਿਆਦਾ। ਉਹ ਆਪਣਾ ਉਸਦਾ ਢੰਗ, ਉਸਦਾ ਆਪਣਾ ਤਜਰਬਾ। ਤੇ ਜਿੱਥੇ ਚਿੰਤਕ ਬਹੁਤ ਮਿਲਣ, ਦਾਰਸ਼ਨਿਕ ਬਹੁਤ ਮਿਲਣ, ਇਸ ਦੇਸ਼ ਨੇ ਦਾਰਸ਼ਨਿਕ ਬਹੁਤ ਪੈਦਾ ਕੀਤੇ ਨੇ, ਕਿਉਂਕਿ ਇਹ ਦੇਸ਼ ਸਮਾਜ ਦਾ ਬਹੁਤ ਸਤਾਇਆ ਹੋਇਆ। ਕਿਤਨੀਆਂ ਸਮਾਜ ਦੀਆਂ ਕੁਰੀਤੀਆਂ ਇੱਥੇ ਰਾਇਜ ਔਰ ਮੋਰ ਧਰਮ ਦੀ ਲਾ ਕੇ। ਖੈਰ ਮੁਕਤਸਰ ਮੈਂ ਕਰਾਂ, ਪਰ ਉਹ ਕਹਿੰਦਾ ਜਿੱਥੇ ਵਿਦਰੋਹੀ ਜ਼ਿਆਦਾ ਹੋਣ, ਆਤੰਕਵਾਦੀ ਜ਼ਿਆਦਾ ਹੋਣ, ਬਾਗੀ ਜ਼ਿਆਦਾ ਹੋਣ, ਸਮਝ ਲੈਣਾ ਉਹ ਹਕੂਮਤ ਦੇ ਸਤਾਏ ਹੋਏ, ਵਧੀਕੀ ਹੋਈ, ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। 2 ਸਾਲ ਤੋਂ ਬੜੇ ਸ਼ਾਂਤਮਈ ਢੰਗ ਨਾਲ ਇਹ ਕੌਮ ਇਨਸਾਫ ਮੰਗਦੀ ਰਹੀ, ਤੇ ਇਨਸਾਫ ਮੰਗਣ ਦੀ ਥਾਂ ਤੇ ਇਹਨਾਂ ਨੂੰ ਜੇਲ੍ਹਾਂ ਵਿੱਚ ਭਰ ਭਰ ਕੇ ਚੂਸਿਆ ਗਿਆ। ਤਰ੍ਹਾਂ ਤਰ੍ਹਾਂ ਦੇ ਇਹਨਾਂ ਤੇ ਤਸ਼ੱਦਦ ਤੇ ਤਰ੍ਹਾਂ ਤਰ੍ਹਾਂ ਦਾ ਇਹਨਾਂ ਦੇ ਉੱਤੇ ਜੋ ਹੈ ਜ਼ਬਰ ਔਰ ਹੋਰ ਅਨੇਕਾਂ ਤਰ੍ਹਾਂ ਦੀਆਂ ਪਰੇਸ਼ਾਨੀਆਂ। ਤੇ ਕਿਵੇਂ ਕਰਨੇ? ਸੁਕਰਾਤ ਤੇ ਐਸਾ ਕਹਿੰਦਾ ਕਿ 6 ਮਹੀਨੇ ਲਗਾਤਾਰ ਅਗਰ ਕੋਈ ਮਨੁੱਖ ਸਮਾਜ ਤੋਂ, ਹਕੂਮਤ ਤੋਂ ਲਗਾਤਾਰ ਨਿਰਾਸ਼ ਹੋਇਆ ਤੇ ਉਹਦੇ ਅੰਦਰ ਸੋਚਣ ਸ਼ਕਤੀ ਪੈਦਾ ਹੋ ਜਾਏਗੀ, ਬਾਗਿਆਨਾ ਤਬੀਅਤ ਉਜਾਗਰ ਹੋ ਜਾਏਗੀ। ਪਰ ਕਿਵੇਂ ਕਰਨੇ? ਸਾਡੇ ਅੰਦਰ ਬਾਗਿਆਨਾ ਤਬੀਅਤ ਉਜਾਗਰ ਹੋਈ 2 ਸਾਲ ਤੋਂ ਬਾਅਦ। ਅਸੀਂ ਕਹਿ ਸਕਦੇ ਹਾਂ ਸੁਕਰਾਤ ਜੋ ਤੂੰ ਲਿਖਿਆ ਉਹਦੇ ਨਾਲੋਂ ਸਾਡੇ ਅੰਦਰ ਸ਼ਾਂਤੀ ਜ਼ਿਆਦਾ, ਸਾਡੇ ਅੰਦਰ ਬਰਦਾਸ਼ਤ ਦਾ ਮਾਦਾ ਜ਼ਿਆਦਾ, ਅਸੀਂ ਜ਼ਿਆਦਾ ਸਹਿਨ ਕਰ ਸਕਦੇ ਹਾਂ, ਅਸੀਂ ਜ਼ਿਆਦਾ ਬਰਦਾਸ਼ਤ ਕਰ ਸਕਦੇ ਹਾਂ। ਔਰ ਸਾਡੇ ਗੁਰੂ ਸਾਹਿਬਾਨ ਨੇ ਐਸਾ ਕਰਕੇ ਦਿਖਾਇਆ। ਮੈਂ ਇਤਿਹਾਸਕ ਵਾਕਿਆ ਤੁਹਾਡੇ ਸਾਹਮਣੇ ਰੱਖਾਂ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਆਪਣਾ ਹੀ ਲਿਖਤ ਹੈ। ਬੰਗਾਣੀ ਦੀ ਯੁੱਧ, ਹਿਮਾਚਲ ਪ੍ਰਦੇਸ਼ ਦਾ ਸਾਕਿਆ, ਬਾਹੀ ਧਾਰ ਦੇ ਰਾਜਿਆਂ ਦੇ ਉਸ ਵਕਤ ਦੇ ਮੁਖੀ ਹਰੀ ਚੰਦ ਹੰਡੂਰੇ ਨੇ ਸਤਿਗੁਰਾਂ ਨੂੰ ਘੇਰ ਲਿਆ ਤੇ ਹਰੀ ਚੰਦ ਕਹਿੰਦਾ ਵੀ ਸੈਨਾ ਨੂੰ ਬਾਅਦ ਚ ਲੜਾਵਾਂਗੇ, ਆਪਾਂ ਹੀ 2-2 ਹੱਥ ਕਰ ਲਈਏ, ਪਹਿਲੇ ਦੇਖ ਲਈਏ ਤੁਹਾਡੀ ਸੂਰਮਦਾਈ ਕਿੰਨੀ ਹੈ। ਤੇ ਸਤਿਗੁਰੂ ਕਹਿਣ ਲੱਗੇ ਠੀਕ ਹੈ ਜਿਵੇਂ ਤੇਰੀ ਵਿਚਾਰ। ਔਰ ਇਹ ਵਿਚਿੱਤਰ ਨਾਟਕ ਦੀ ਸਾਰੀ ਵਿਚਾਰਧਾਰਾ ਜੋ ਸਤਿਗੁਰ ਨੇ ਆਪ ਲਿਖੀ। ਤੇ ਹਰੀ ਚੰਦ ਕਹਿੰਦਾ ਮਹਾਰਾਜ ਤੁਹਾਨੂੰ ਪਤਾ ਹੈ ਕਿ ਅੱਜ ਤੱਕ ਮੇਰਾ ਤੀਰ ਕਤੇ ਖਤਾ ਨਹੀਂ ਗਿਆ। ਸਤਿਗੁਰ ਕਹਿੰਦੇ ਨੇ ਸੁਣਿਆ। ਤੇ ਹਰੀ ਚੰਦ ਕਹਿਣ ਲੱਗਾ ਮਹਾਰਾਜ ਇਹ ਵੀ ਤੁਹਾਨੂੰ ਪਤਾ ਹੈ ਕਿ ਮੇਰੇ ਨਾਮ ਤੋਂ ਹੀ ਮੇਰੇ ਵੈਰੀ ਕੰਬਦੇ ਨੇ, ਨਾਮ ਤੋਂ। ਸਤਿਗੁਰ ਕਹਿੰਦੇ ਨੇ ਸੁਣਿਆ। ਤੇ ਹਰੀ ਚੰਦ ਕਹਿੰਦਾ ਅੱਛਾ ਇਹ ਸਭ ਕੁਝ ਸੁਣਿਆ ਤਾਂ ਠੀਕ, ਹੁਣ ਤੁਸੀਂ ਵਾਰ ਕਰੋ, ਮੈਂ ਤੁਹਾਨੂੰ ਵਾਰ ਕਰਨ ਦਾ ਮੌਕਾ ਦੇਣਾ। ਸਤਿਗੁਰ ਕਹਿੰਦੇ ਨਹੀਂ, ਮੈਂ ਪਹਿਲੇ ਸੰਤ ਹਾਂ ਸਿਪਾਹੀ ਬਾਦ ਦੇ, ਮੈਂ ਪਹਿਲੇ ਸਿੱਖ ਹਾਂ ਸਿੰਘ ਬਾਦ ਦੇ। ਮੈਂ ਸਵੇਰੇ ਅਰਜ਼ ਕੀਤੀ ਹੈ ਸਾਡੇ 2 ਨਾਮ ਨੇ, ਸਿੱਖ ਤੇ ਸਿੰਘ। ਸਿੱਖ ਨਾਮ ਦਿੱਤਾ ਹੈ ਸਾਨੂੰ ਗੁਰੂ ਨਾਨਕ, ਗੁਰੂ ਅੰਗਦ ਦੇਵ ਜੀ ਮਹਾਰਾਜ ਨੇ, ਗੁਰੂ ਅਮਰਦਾਸ ਜੀ ਨੇ, 9 ਪਾਤਸ਼ਾਹੀਆਂ ਨੇ ਸਾਨੂੰ ਨਾਮ ਦਿੱਤਾ ਹੈ ਸਿੱਖ।
ਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਤਖੱਲੁਸ ਦਿੱਤਾ ਹੈ ਸਿੰਘ। ਸਿੱਖ ਸਾਡਾ ਨਾਮ ਹੈ, ਸਿੰਘ ਸਾਡਾ ਤਖੱਲੁਸ ਹੈ, ਉਪਨਾਮ ਹੈ, ਸਰਨੇਮ ਹੈ। ਤੇ ਅਸੀਂ ਸਾਰੀ ਦੁਨੀਆਂ ਦੇ ਇਹਨਾਂ ਦੋ ਨਾਮਾਂ ਨਾਲ ਜਾਣੇ ਜਾਂਦੇ ਹਾਂ, ਪਹਿਚਾਣੇ ਜਾਂਦੇ ਹਾਂ। ਸਿੱਖ ਹੋਣਾ ਸਾਡਾ ਸੰਤ ਹੋਣਾ ਹੈ, ਸਿੰਘ ਹੋਣਾ ਸਾਡਾ ਸਿਪਾਹੀ ਹੋਣਾ ਹੈ। ਤੇ ਮੈਂ ਸਵੇਰੇ ਅਰਜ਼ ਕੀਤੀ ਸੀ, ਸੰਤ ਜਿਹੜਾ ਹੈ ਉਹ ਗ੍ਰੰਥ ਦੀ ਪੂਜਾ ਕਰਦਾ ਹੈ, ਤੇ ਜਿਹੜਾ ਸਿਪਾਹੀ ਹੈ ਉਹ ਸ਼ਸਤਰ ਦੀ ਪੂਜਾ ਕਰਦਾ ਹੈ। ਇਸ ਵਾਸਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਦੇ ਕਰੀਬਨ ਕਰੀਬਨ ਇਤਿਹਾਸਕ ਅਸਥਾਨਾਂ ਦੇ ਸ਼ਸਤਰ ਰੱਖੇ, ਤਾਂ ਕਿ ਗ੍ਰੰਥ ਨੂੰ ਵੀ ਮੱਥਾ ਟੇਕੀਏ ਤੇ ਸ਼ਸਤਰ ਨੂੰ ਵੀ ਮੱਥਾ ਟੇਕੀਏ। ਸਿਪਾਹੀ ਦਾ ਗੁਰੂ ਪੀਰ ਕੌਣ ਹੈ? ਸ਼ਸਤਰ। ਤੇ ਸੰਤ ਦਾ ਗੁਰੂ ਪੀਰ ਕੌਣ ਹੈ? ਗੁਰਬਾਣੀ, ਗੁਰੂ ਗ੍ਰੰਥ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਸਾਫ਼ ਕਹਿ ਦਿੱਤਾ, ਸਾਹਿਬ ਸਰੋਹੀ ਸਾਹਿਤੀ ਯਹੀ ਹਮਾਰੇ ਪੀਰ। ਤੇ ਮੇਰੇ ਪੀਰ ਨੇ ਇਹ ਤੀਰਾਂ, ਇਹ ਤਲਵਾਰ, ਇਹ ਭਾਲੇ, ਇਹ ਬਰਛੇ, ਇਹ ਤੁਪਕਾਂ, ਇਹ ਮੇਰੇ ਪੀਰ ਨੇ, ਇਹ ਮੇਰੇ ਮੁਰਸ਼ਦ ਨੇ। ਇਸ ਵਾਸਤੇ ਸਤਿਗੁਰੂ ਕਹਿੰਦੇ ਮੈਂ ਨਮਸਕਾਰ ਕਰਦਾ। ਜੈ ਜੈ ਜਗਕਾਰਨ ਸ੍ਰਿਸ਼ਟ ਉਬਾਰਨ ਮਮ ਪ੍ਰਤਪਾਰਨ ਜੈ ਤੇਗਨ, ਮੈਂ ਨਮਸਕਾਰ ਕਰਦਾ। ਹੇ ਤੇਗ, ਹੇ ਤਲਵਾਰ, ਮੈਂ ਤੈਨੂੰ ਮੱਥਾ ਟੇਕਦਾ। ਕਿਉਂ? ਤੂੰ ਮੇਰੀ ਮੁਰਸ਼ਦ ਹੈ, ਤੂੰ ਮੇਰਾ ਪੀਰ ਹੈ। ਤੋ ਇੱਥੇ ਸਵਾਲ ਪੈਦਾ ਹੋਵੇਗਾ ਕਿ ਸਾਡੇ ਦੋ ਗੁਰੂ ਨੇ? ਹਾਂ, ਜਦ ਸਾਡੇ ਰੂਪ ਦੋ ਨੇ ਤਾਂ ਫਿਰ ਗੁਰੂ ਵੀ ਦੋ ਨੇ। ਇਤਨੀ ਮੈਂ ਅਰਜ਼ ਕਰਾਂ, ਅਸੀਂ ਸਿਰਫ ਸਿੱਖ ਨਹੀਂ ਹਾਂ, ਅਸੀਂ ਸਿਰਫ ਸਿੰਘ ਨਹੀਂ ਹਾਂ, ਅਸੀਂ ਸਿੱਖ ਵੀ ਹਾਂ, ਅਸੀਂ ਸਿੰਘ ਵੀ ਹਾਂ, ਅਸੀਂ ਸੰਤ ਵੀ ਹਾਂ, ਅਸੀਂ ਸਿਪਾਹੀ ਵੀ ਹਾਂ। ਸਿਪਾਹੀ ਦਾ ਗੁਰੂ ਸ਼ਸਤਰ ਹੁੰਦਾ ਹੈ, ਤੇ ਖਿਮਾ ਕਰਨੀ, ਸੰਤ ਦਾ ਗੁਰੂ ਗੁਰਬਾਣੀ ਹੁੰਦਾ ਹੈ, ਗੁਰੂ ਗਿਆਨ ਹੁੰਦਾ ਹੈ, ਗ੍ਰੰਥ ਹੁੰਦਾ ਹੈ। ਹਜ਼ੂਰ ਸਾਹਿਬ ਦੇ ਸ਼ਸਤਰਾਂ ਦੀ ਪੂਜਾ, ਆਨੰਦਪੁਰ ਸਾਹਿਬ ਦੇ ਸ਼ਸਤਰਾਂ ਦੀ ਪੂਜਾ, ਪਟਨੇ ਸਾਹਿਬ ਦੇ ਸ਼ਸਤਰਾਂ ਦੀ ਪੂਜਾ, ਸਦੀਆਂ ਤੋਂ ਅਸੀਂ ਸ਼ਸਤਰਾਂ ਨੂੰ ਮੱਥਾ ਟੇਕਦੇ ਆਏ ਹਾਂ, ਤੁਸੀਂ ਕਬੂਲ ਕਰ ਲਿਆ। ਅੱਜ ਤੁਸੀਂ ਕਹਿੰਦੇ ਸ਼ਸਤਰਾਂ ਨਾਲ ਗੁਰਦੁਆਰਾ ਭ੍ਰਸ਼ਟ ਹੋ ਗਿਆ, ਤੇ ਤੁਸੀਂ ਟੈਂਕ ਚਾੜ ਕੇ ਪਵਿੱਤਰ ਕੀਤਾ ਗੁਰਦੁਆਰਾ, ਦਰਬਾਰ ਸਾਹਿਬ ਪਵਿੱਤਰ ਕੀਤਾ। ਖਿਮਾ ਕਰਨੀ, ਕਿਉਂਕਿ ਝੂਠ ਫੈਲਾਉਣ ਲਈ ਸਾਧਨ ਬੜੇ ਨੇ, ਤੇ ਸੱਚ ਨੂੰ ਮਨਜ਼ਰ ਆਮ ਤੇ ਲਿਆਉਣ ਲਈ ਕੁਛ ਸਾਧਨ ਕੋਈ ਨੀ, ਕੁਛ ਵੀ ਨਹੀਂ। ਤੋ ਮੈਂ ਕਰ ਰਿਹਾ ਸੀ, ਸਤਿਗੁਰੂ ਕਹਿਣ ਲੱਗੇ ਮੈਂ ਸੰਤ ਪਹਿਲੇ ਹਾਂ, ਸਿਪਾਹੀ ਬਾਅਦ ਹਾਂ। ਤੇ ਸੰਤ ਦਾ ਇਹ ਕੰਮ ਨਹੀਂ ਕਿ ਪਹਿਲੇ ਵਾਰ ਕਰੇ। ਹਰੀ ਚੰਦ ਤੂੰ ਵਾਰ ਕਰ। ਤੇ ਹਰੀ ਚੰਦ ਕਹਿੰਦਾ, ਗੁਰੂ ਤੇ ਬੜਾ ਭੋਲ ਹੈ, ਬਹੁਤ ਭੋਲ ਹੈ, ਸਾਨੂੰ ਦੁਸ਼ਮਣ ਨੂੰ ਬਾਹਰ ਕਰਨ ਦਾ ਮੌਕਾ ਦਿੰਦਾ ਪਿਆ। ਸਾਰੀ ਦੁਨੀਆਂ ਕਹਿੰਦੀ ਪਈ ਹੈ ਕਿ ਸਿੱਖ ਕੌਮ ਬੜੀ ਭੋਲੀ ਹੈ, ਭੋਲੀ ਕੌਮ। ਤੇ ਮੈਂ ਫਿਰ ਅਰਜ਼ ਕਰਾਂ, ਭੋਲੇ ਦੀ ਪਹਿਚਾਣ ਇਹ ਆਉਂਦੀ ਹੈ ਕਿ ਅੰਦਰੋਂ ਬਾਹਰੋਂ ਇੱਕ ਹੁੰਦਾ, ਧੋਖੇਬਾਜ਼ ਛਲ ਕਪਟ ਨਹੀਂ ਆਉਂਦਾ। ਤੇ ਭੋਲਾ ਬੰਦਾ ਹੀ ਰੱਬ ਦੇ ਨੇੜੇ ਆਉਂਦਾ, ਪ੍ਰਾਪਤੀ ਭੋਲੇ ਬਾਹ ਨਾਲ ਨੇ। ਭੋਲੇ ਦਾ ਮਤਲਬ ਮੂੜ ਨਹੀਂ, ਜਿਵੇਂ ਪੰਜਾਬੀ ਚ ਕਹਿ ਦਿੰਦੇ ਨੇ ਤੂੰ ਬੜਾ ਭੋਲਾ। ਭੋਲੇ ਦਾ ਮਤਲਬ ਹੈ ਅੰਦਰੋਂ ਬਾਹਰੋਂ ਇੱਕ, ਜੋ ਜ਼ਬਾਨ ਤੇ ਉਹ ਦਿਲ ਦੇ, ਜੋ ਦਿਲ ਦੇ ਤੇ ਉਹ ਜ਼ਬਾਨ ਤੇ, ਭੋਲਾ। ਤੇ ਭੋਲਾ ਬੰਦਾ ਸੱਚ ਦੇ ਨੇੜੇ ਆਉਂਦਾ ਹੈ, ਚਲਾਕ ਬੰਦਾ ਝੂਠ ਦੇ ਨੇੜੇ ਆਉਂਦਾ। ਭੋਲਾ ਬੰਦਾ ਗਿਆਨ ਦੇ ਨੇੜੇ ਆਉਂਦਾ ਹੈ, ਖਿਮਾ ਕਰਨੇ, ਤੇ ਜਿਹੜਾ ਚਤਰ ਤੇ ਚਲਾਕ ਬੰਦਾ ਉਹ ਕਠੋਰਤਾ ਤੇ ਤਸ਼ੱਦਦ ਦੇ ਨੇੜੇ ਆਉਂਦਾ। ਭੋਲਾ ਧੋਖਾ ਖਾਣਾ ਜਾਣਦਾ ਹੈ, ਧੋਖਾ ਦੇਣਾ ਨਹੀਂ। ਚਲਾਕ ਧੋਖਾ ਖਾਣਾ ਨਹੀਂ ਜਾਣਦਾ, ਧੋਖਾ ਦੇਣਾ ਹੀ ਜਾਣਦਾ। ਤੇ
ਇੱਕ ਆਲਮ ਦਾ ਕਹਿਣਾ ਹਜ਼ਾਰ ਦਫ਼ਾ ਧੋਖਾ ਖਾ ਲੈਣ ਨਾਲੋਂ, ਹਜ਼ਾਰ ਦਫ਼ਾ ਇੱਕ ਦਫ਼ਾ ਧੋਖਾ ਦੇਣ ਨਾਲੋਂ ਹਜ਼ਾਰ ਦਫ਼ਾ ਧੋਖਾ ਖਾ ਲੈਣਾ ਬਿਹਤਰ। ਚੰਗਾ, ਧੋਖਾ ਖਾਣਾ ਕੋਈ ਪਾਪ ਨਹੀਂ, ਧੋਖਾ ਦੇਣਾ ਪਾਪ ਹੈ। 35 ਸਾਲ ਤੱਕ ਸਾਨੂੰ ਧੋਖਾ ਹੀ ਦੇਈ ਜਾਂਦੇ ਨੇ, ਉਹ ਕੀ ਅਸੀਂ ਬਰਦਾਸ਼ਤ ਕੀਤਾ? ਕਿਉਂ ਬਰਦਾਸ਼ਤ ਕੀਤਾ? ਭੋਲਾ ਤੇ ਭੋਲਾ ਬੰਦਾ ਪਵਿੱਤਰ ਹੁੰਦਾ, ਚਲਾਕ ਬੰਦਾ ਦੁਸ਼ਟ ਹੁੰਦਾ। ਚਤਰਾਈ ਨਾ ਚਤਰ ਬੁਝ ਪਾਈਏ, ਰੇ ਜਨ ਮਨ ਮਾਦ ਉਹ ਸੰਭਲਾਈਏ। ਤੇ ਮੈਂ ਇਤਨੀ ਇੱਕ ਗੱਲ ਕਹਾਂਗਾ ਕਿ ਗੱਲਾਂ ਬਾਤਾਂ ਦੇ ਚਲਾਕੀਆਂ ਦੇ ਅਸੀਂ ਇਹਨਾਂ ਨਾਲੋਂ ਨਹੀਂ ਜਿੱਤ ਸਕਦੇ। ਕਿਉਂ ਕਿ ਚਤਰ ਚਲਾਕ ਬੇਈਮਾਨ ਨੇ ਅਸੀਂ ਬੋਲੇ, ਇੰਨੀ ਗੱਲ। ਭੋਲਾ ਬੰਦਾ ਸੱਚ ਦੇ ਨੇੜੇ ਆਉਂਦਾ, ਚਲਾਕ ਤੇ ਚਤਰ ਝੂਠ ਦੇ ਨੇੜੇ ਆਉਂਦਾ। ਹੋਰ ਕੀ, ਅਸੀਂ ਸ਼ਾਇਦ ਇਹਨਾਂ ਦਾ ਮੁਕਾਬਲਾ ਨਾ ਕਰ ਸਕੀਏ। ਜਿਸ ਤਰੀਕੇ ਨਾਲ ਧੂੰਆਂਦਾਰ ਇਹਨਾਂ ਦੀਆਂ ਲੇਖਣੀਆਂ, ਜਿਸ ਤਰੀਕੇ ਨਾਲ ਇਹ ਝੂਠ ਟੀਵੀ ਤੇ ਰੇਡੀਓ ਤੇ ਬੋਲਦੇ ਪਏ ਨੇ, ਸ਼ਾਇਦ ਅਸੀਂ ਇਸ ਢੰਗ ਨਾਲ ਜਵਾਬ ਜੋ ਹੈ ਨਾ ਦੇ ਸਕੀਏ। ਪਰ ਇਤਨੀ ਗੱਲ ਸਪਸ਼ਟ ਹੈ, ਨਿਰੰਕਾਰ ਪਰਿਪੂਰਨ ਪਰਮਾਤਮਾ ਦਾ ਇੱਕ ਅਟਲ ਨਿਯਮ ਹੈ ਤੇ ਆਖਿਰ ਝੂਠ ਨੂੰ ਕੁਮਲਾ ਕੇ ਖਤਮ ਹੋਣਾ ਪੈਂਦਾ ਹੈ। ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਜਿਤਨੀਆਂ ਸਰਕਾਰੀ ਬਿਲਡਿੰਗਾਂ ਨੇ, ਤਮਾਮ ਸਰਕਾਰੀ ਬਿਲਡਿੰਗਾਂ ਦੇ ਉੱਤੇ ਲਿਖਿਆ ਹੋਇਆ ਸਤ ਤੇ ਮੇਵ ਜੈਸੇ, ਸਤ ਕੀ ਸਦੀਵ ਜੀਤ ਹੋਤੀ ਹੈ। ਇਹ ਸੰਸਕ੍ਰਿਤ ਦੇ ਸ਼ਬਦ ਲਿਖੇ ਨੇ, ਸਤ ਤੇ ਮੇਵ ਜੈਸੇ। ਇਹਦੇ ਤੇ ਮੈਂ ਹਿੰਦੀ ਵਿੱਚ ਕੁਝ ਲੇਖ ਵੀ ਲਿਖੇ ਸਨ, ਅਖਬਾਰਾਂ ਨੂੰ ਭੇਜੇ ਸਨ। ਤੇ ਇਹ ਜਿਸ ਦਿਨ ਦਾ ਅੰਮ੍ਰਿਤਸਰ ਦਾ ਵਾਕਿਆ ਹੋਇਆ, ਪੰਜਾਬ ਦੇ ਚ ਦੁਖਦ ਘਟਨਾਵਾਂ ਘਟੀਆਂ, ਤੇ ਮੈਂ ਉਸ ਲੇਖ ਵਿੱਚ ਲਿਖਿਆ, ਹੁਣ ਇਹਨਾਂ ਸਰਕਾਰੀ ਇਮਾਰਤਾਂ ਤੇ ਲਿਖ ਦੇਣਾ ਚਾਹੀਦਾ ਹੈ, ਝੂਠ ਮੈਂ ਜੇਬ ਤੇ, ਸੱਤ ਮੈਂ ਜੇਤੇ ਨਹੀਂ, ਹੁਣ ਝੂਠ ਮੈਂ ਜੇਤੇ। ਕਿਉਂਕਿ ਸਾਰੀ ਸਰਕਾਰੀ ਜਦ ਝੂਠ ਦੇ ਆਸਰੇ ਤੇ ਚੱਲਦੀ ਹੋਵੇ ਤੇ ਸਰਕਾਰੀ ਇਮਾਰਤਾਂ ਦੇ ਉੱਤੇ ਲਿਖ ਦੇਣਾ, ਇਹ ਤੇ ਬਹੁਤ ਵੱਡਾ ਧੋਖਾ ਹੈ। ਪਰ ਇਹ ਵੀ ਚਲਾਕ ਬੰਦਾ ਧੋਖਾ ਦੇਣਾ, ਦੁਸ਼ਟ ਬੰਦਾ ਧੋਖਾ ਦਿੰਦਾ। ਤੇ ਸਤਿਗੁਰ ਕਹਿਣ ਲੱਗੇ, ਹਰੀ ਚੰਦ ਤੂੰ ਵਾਰ ਕਰ ਲੈ। ਤੇ ਹਰੀ ਚੰਦ ਕਹਿੰਦਾ, ਗੁਰੂ ਬੜਾ ਭੋਲਾ। ਤੇ ਮੈਂ ਫਿਰ ਅਰਜ਼ ਕਰਾਂ, ਭੋਲਾ ਉਸਨੂੰ ਕਹਿੰਦੇ ਨੇ, ਹਮੂ ਮਰਦ ਬਾਇਦ ਸ਼ਬਦ ਸੁਖਨਵਰ, ਨਸ਼ਿਕਮੇ ਡਿਗਰ ਦਰਦਹਾਨੇ ਡਿਗਰ। ਜੋ ਅੰਦਰ ਹੈ ਔਰ ਉਹੀ ਬਾਹਰ ਹੈ, ਜੋ ਬਾਹਰ ਹੈ ਉਹੀ ਅੰਦਰ ਹੈ। ਸਾਹਿਬ ਕਹਿੰਦਾ ਸੀ ਤੇ ਉਸੇ ਨੂੰ ਬੰਦਾ ਕਹਿੰਦੇ, ਬਾਕੀ ਤੇ ਸਾਰੇ ਪਸ਼ੂ ਨੇ। ਬਾਕੀਆਂ ਨੂੰ ਤੇ ਮਨੁੱਖ ਕਹਿਣਾ, ਮਨੁੱਖਾਂ ਦੀ ਜੋ ਹੈ ਤੋਹੀਨ ਕਰਨੀ ਹੈ। ਤੇ ਮੁਕਤਸਰ ਜੋ ਹੈ ਮੈਂ ਅਰਜ਼ ਕਰਾਂ, ਸਤਿਗੁਰੂ ਕਹਿਣ ਲੱਗੇ ਤੂੰ ਵਾਰ ਕਰ ਲੈ। ਤੇ ਹਰੀ ਚੰਦ ਨੇ ਐਨ ਨਿਸ਼ਾਨਾ ਬਣਾਇਆ ਸਤਿਗੁਰ ਦੇ ਘੋੜੇ ਦਾ, ਬਈ ਇਹ ਨੀਲਾ ਪਹਾੜਾਂ ਨੂੰ ਛਾਲ ਮਾਰ ਕੇ ਲੰਘ ਜਾਂਦਾ, ਬੜੀ ਭੀੜ ਦੇ ਚੋਂ ਲੰਘ ਜਾਂਦਾ। ਤੇ ਐਸਾ ਨਾ ਹੋਵੇ ਕਿਧਰੇ ਘੋੜਾ ਹੀ ਸਤਿਗੁਰਾਂ ਨੇ ਕਿਧਰੇ ਭਜਾ ਲੈ ਜਾਏ, ਤੇ ਸਤਿਗੁਰ ਦਾ ਇਹ ਘੋੜਾ ਹੀ ਪਹਿਲੇ ਜ਼ਖਮੀ ਕਰੋ ਜਾਂ ਮਾਰਦਾ। ਸਤਿਗੁਰ ਲਿਖਦੇ ਨੇ, ਹਰੀ ਚੰਦ ਕੋ ਪਿਓ ਕਮਾਣ ਸੰਭਾਰਨ, ਪ੍ਰਥਮ ਬਾਜੀਅਨ ਤਾਣ ਬਾਣ ਪ੍ਰਹਾਰਨ। ਤਾਜੀ ਘੋੜੇ ਦਾ ਨਿਸ਼ਾਨਾ ਬਣਾਇਆ ਹਰੀ ਚੰਦ ਨੇ, ਖਿੱਚ ਕੇ ਤੀਰ ਮਾਰਿਆ, ਪਰ ਸਾਹਿਬ ਕਹਿਣ ਲੱਗਿਆ ਨਹੀਂ, ਪਤਾ ਚਲਾ ਗਿਆ। ਤੇ ਹਰੀ ਚੰਦ ਜੋ ਦਾਵਾ ਕਰ ਬੈਠਾ ਸੀ ਮੇਰਾ ਵਾਰ ਕਦੀ ਖਤਾ ਨਹੀਂ ਜਾਂਦਾ, ਪਤਾ ਚਲਾ ਗਿਆ। ਔਖਾ ਤੇ ਬੜਾ ਹੋਇਆ ਤੇ ਨਿਮੂਜੜੇ ਜਿਹਾ ਮੂੰਹ ਨਾਲ ਕਹਿਣ ਲੱਗਾ, ਮਹਾਰਾਜ ਹੁਣ ਤੁਸੀਂ ਵਾਰ ਕਰੋ। ਤੇ ਸਤਿਗੁਰ ਕਹਿਣ ਲੱਗੇ, ਅਜੇ ਵੀ ਫਕੀਰ ਜਿਹੜਾ ਨਾ ਰੋਸ ਵਿੱਚ ਨਹੀਂ ਆਇਆ, ਅਜੇ ਵੀ ਸੰਤ ਦੇ ਅੰਦਰ ਸਿਪਾਹੀਪਣਾ ਨਹੀਂ ਪੈਦਾ ਹੋਇਆ, ਇਸ ਵਾਸਤੇ ਹਰੀ ਚੰਦ ਇੱਕ ਵਾਰ ਤੋਂ ਹੋਰ ਕਰ ਲੈ।
ਤੇ ਹਰੀ ਚੰਦ ਅੰਦਰੋਂ ਅੰਦਰੋਂ ਸੋਚਦਾ ਹੈ ਤੇ ਬਹੁਤ ਹੀ ਭੁੱਲ ਹੈ, ਬਹੁਤ ਹੀ ਭੁੱਲ ਹੈ, ਰਾਜਨੀਤੀ ਦਾ ਬਿਲਕੁਲ ਪਤਾ ਹੀ ਨਹੀਂ, ਇਹ ਤੇ ਠਗਾਣਾ ਹੀ ਜਾਣਦਾ। ਤਾਂ ਮੈਂ ਅਰਜ਼ ਕਰਾਂ, ਜੇ ਲਫ਼ਜ਼ ਮੈਂ ਤੁਹਾਡੇ ਸਾਹਮਣੇ ਰੱਖਣ ਫਿਰ ਦੁਹਰਾ ਦੇ, ਇੱਕ ਦਫ਼ਾ ਠੱਗਣ ਨਾਲੋਂ ਹਜ਼ਾਰ ਦਫ਼ਾ ਠਗਾ ਜਾਣਾ ਬਿਹਤਰ। ਪਾਪ ਨਹੀਂ ਹੈ ਠੱਗਣਾ, ਗੁਨਾਹ ਠੱਗਣਾ ਪਾਪ ਹੈ, ਠੱਗਣਾ ਧੋਖਾ ਹੈ, ਠੱਗਣਾ ਜਿਹੜਾ ਛਲ ਹੈ, ਔਰ ਠੱਗਣ ਵਾਲਾ ਪਰਮਾਤਮਾ ਤੋਂ ਦੂਰ ਆਉਂਦਾ। ਹਰੀ ਚੰਦ ਨੇ ਅੱਜ ਕੇ ਸਤਿਗੁਰਾਂ ਦੇ ਐਨ ਛਾਤੀ ਦਾ ਸੀਨੇ ਦਾ ਨਿਸ਼ਾਨਾ ਬਣਾਇਆ, ਭਰਸਾ ਦੂਜਾ ਵਾਰ ਵੀ ਮੇਰਾ ਪਤਾ ਚਲਾ ਜਾਏ ਘੋੜੇ ਨੂੰ ਮਾਰਾਂ, ਚਲੋ ਛੱਡੋ ਘੋੜੇ ਨੂੰ, ਸਤਿਗੁਰ ਦਾ ਹੀ ਨਿਸ਼ਾਨਾ ਬਣਾਓ। ਸਤਿਗੁਰ ਲਿਖਦੇ ਨੇ, ਦੁਤੀਏ ਤਾਕ ਕੇ ਤੀਰ ਮੋਕੋ ਚਲਾਇਓ, ਰੱਖਿਓ ਦੈਵ ਮੈਂ ਕਾਨ ਛੁਐ ਕੇ ਸਿਧਾਇਓ। ਉਸ ਦੈਵੀ ਸ਼ਕਤੀ ਨੇ ਮੇਰੀ ਰੱਖਿਆ ਕੀਤੀ, ਅਕਾਲ ਪੁਰਖ ਨੇ, ਉਹ ਤੀਰ ਮੇਰੇ ਕੰਨਾਂ ਨੂੰ ਛੂ ਕੇ ਲੰਘ ਗਿਆ, ਮੈਨੂੰ ਨਹੀਂ ਲੱਗਿਆ। ਤੇ ਹਰੀ ਚੰਦ ਹੈਰਾਨ ਹੋ ਗਿਆ, ਦੂਜਾ ਵਾਰ ਵੀ ਖਤਾ ਨਹੀਂ ਲੱਗਿਆ। ਕਹਿਣ ਲੱਗਾ, ਮਹਾਰਾਜ ਹੁਣ ਤੁਸੀਂ ਵਾਰ ਕਰੋ। ਗੁਰੂ ਗੋਬਿੰਦ ਸਿੰਘ ਜੀ ਦਾ ਜਿਗਰਾ ਵੇਖੋ, ਹਰੀ ਚੰਦ ਲੈ ਇੱਕ ਵਾਰ ਤੂੰ ਹੋਰ ਕਰ ਲੈ, ਹੋਰ ਕਰ ਲੈ। ਸਾਡੇ ਗੁਰੂ ਦਾ ਇਤਨਾ ਵੱਡਾ ਜਿਗਰਾ, ਇਸ ਕੌਮ ਦਾ ਬਹੁਤ ਵੱਡਾ ਜਿਗਰਾ, ਇਸਨੇ 35 ਸਾਲ ਦੀ ਵਧੀਕੀਆਂ ਤੋਂ ਬਾਅਦ ਖਿਮਾ ਕਰਨੀ ਵਿਦਰੋਹ ਕੀਤਾ, ਪਹਿਲੇ ਨਹੀਂ ਕੀਤਾ। 35 ਸਾਲ ਦੀ ਵਧੀਕੀਆਂ ਤੋਂ ਬਾਅਦ ਆਤੰਕਵਾਦ ਨੇ ਜਨਮ ਲਿਆ, ਪਹਿਲੇ ਨਹੀਂ ਜਨਮ ਲਿਆ। 35 ਸਾਲ ਦੀ ਵਧੀਕੀਆਂ ਤੋਂ ਬਾਅਦ ਬਾਗੀ ਪੈਦਾ ਹੋਏ, ਵਿਦਰੋਹੀ ਪੈਦਾ ਹੋਏ, ਮਜਬੂਰੀ, ਬਿਲਕੁਲ ਮਜਬੂਰੀ। ਹਰੀ ਚੰਦ ਨੇ ਅੱਜ ਕੀ ਸਤਿਗੁਰ ਦੇ ਕਮਰ ਕੱਥੇ ਦਾ ਨਿਸ਼ਾਨਾ ਬਣਾਇਆ, ਵੀ ਪਹਿਲੇ ਮੈਂ ਛਾਤੀ ਨੂੰ ਤੀਰ ਮਾਰਿਆ ਤੇ ਉੱਚਾ ਹੋ ਗਿਆ ਤੇ ਕੰਨ ਦੇ ਕੋਲੋਂ ਲੰਘ ਗਿਆ, ਅੱਜ ਕੀ ਸਤਿਗੁਰ ਦੇ ਕਮਰ ਕੱਥੇ ਦਾ ਨਿਸ਼ਾਨਾ ਜੋ ਹੈ ਬਣਾਉਣਾ। ਤੋ ਬੜੀ ਸੇਧ ਲਾ ਕੇ ਐਨ ਖਿੱਚ ਕੇ ਤੀਰ ਸਤਿਗੁਰਾਂ ਦੀ ਪੇਟੀ ਨੂੰ, ਕਮਰ ਕੱਥੇ ਨੂੰ ਉਸਨੇ ਮਾਰਿਆ। ਮਹਾਰਾਜ ਕਹਿੰਦੇ ਨੇ, ਤਿੱਤੀਏ ਤੀਰ ਮਾਰਿਓ ਸੋ ਪੇਟੀ ਮਝਾਰੰ, ਵਿਧਿਅੰ ਚਿਲ ਕਤੰਗ ਦੁਆਲ ਪਾਰੰ ਪਧਾਰੰ। ਚਿਲ ਕਤੰਗ ਰੇਸ਼ਮੀ ਕੱਪੜਾ ਤੇ ਥੱਲੇ ਇੱਕ ਚਮੜੇ ਦੀ ਪੇਟੀ, ਚਮੜੇ ਦੀ ਪੇਟੀ ਦੇ ਉੱਤੇ ਸਤਿਗੁਰ ਨੇ ਇੱਕ ਰੇਸ਼ਮੀ ਕੱਪੜਾ ਬਣਿਆ ਹੋਇਆ ਸੀ, ਕਮਰ ਕੱਥਾ। ਤੇ ਹਰੀ ਚੰਦਰ ਨੇ ਕਮਰ ਕੱਥੇ ਦਾ ਨਿਸ਼ਾਨਾ ਬਣਾਇਆ, ਤੀਰ ਨਿਸ਼ਾਨੇ ਤੇ ਲੱਗਿਆ। ਵਿਧਿਅੰ ਚਿਲ ਕਤੰਗ, ਰੇਸ਼ਮੀ ਕੱਪੜਾ ਫਟ ਗਿਆ, ਚਮੜੇ ਦੀ ਪੇਟੀ ਵੀ ਫਟ ਗਈ। ਤੇ ਮਹਾਰਾਜ ਕਹਿੰਦੇ ਨੇ, ਚੁਭੀ ਚੁੰਝ ਚਰਮੰ ਕਛੂ ਘਾਏ ਨਾ ਆਇਓ, ਇਤਨੀ ਜਿਹੀ ਚੁੰਝ ਸਾਨੂੰ ਲੱਗੀ ਪਰ ਕੋਈ ਵਿਸ਼ੇਸ਼ ਭਾਵ ਨਹੀਂ ਆਇਆ, ਪਰ ਚੁੰਝ ਲੱਗੀ, ਥੋੜਾ ਜਿਹਾ ਖੂਨ ਨਿਕਲਿਆ, ਪਰ ਜਦੋਂ ਇਹ ਬਾਣ ਸਾਨੂੰ ਲੱਗਿਆ, ਜਦੋਂ ਇਹ ਚੁੰਝ ਸਾਨੂੰ ਲੱਗੇ, ਤੇ ਸਾਹਿਬ ਕਹਿੰਦੇ ਨੇ, ਸਾਡੇ ਅੰਦਰ ਸੁੱਤਾ ਹੋਇਆ ਸਿਪਾਹੀ ਜਾਗ ਪਿਆ। ਤੇ ਫਿਰ ਅਸੀਂ ਹਰੀ ਚੰਦ ਨੂੰ ਸੰਬੋਧਨ ਹੋ ਕੇ ਕਹਿ ਦਿੱਤਾ, ਜਬੇ ਬਾਣ ਲਾਗਿਓ ਤਬੇ ਰੋਸ ਜਾਗਿਓ। ਹਰੀ ਚੰਦ ਹੁਣ ਰੋਸ ਜਾਗ ਪਿਆ, ਹੁਣ ਖਿਮਾ ਦਇਆ ਦਾਨ ਸੀਲ ਸੰਜਮ ਇਹਦੀ ਗੱਲ ਨਾ ਕਰੀ ਮੇਰੇ ਨਾਲ, ਹੁਣ ਰੋਸ ਪੈਦਾ ਹੋ ਗਿਆ। ਹੁਣ ਕਰੇ ਲੈ ਕਮਾਣ ਹਣੰਗ ਬਾਣ ਤਾਣੰਗ ਸਬੇ ਦੀਰ ਦਾਏ ਸਰੋਘੰ ਚਲਾਏ ਹਰੀ ਚੰਦ ਮਾਰੇ ਸੁਜੋਦਾ ਲਿਖਾਰੇ। ਸਤਿਗੁਰ ਕਹਿੰਦੇ ਅਸੀਂ ਖਿੱਚ ਕੇ ਬਾਣ ਮਾਰਿਆ,
ਇੱਕ ਹੀ ਬਾਣ ਨਾਲ ਉਹ ਜ਼ਮੀਨ ਤੇ ਆਣ ਡਿੱਗੇ, ਧਰਤੀ ਤੇ ਆਣ ਤੜਪਿਆ। ਸਤਿਗੁਰ ਨੇ ਕਿਹਾ, ਰੋਸ ਉਦੋਂ ਜਾਗਿਆ ਹਰੀ ਚੰਦ ਜਦ ਤੇਰਾ ਬਾਣ ਲੱਗਿਆ ਸਾਨੂੰ। ਅਸੀਂ ਗੁਰੂ ਦੀ ਉਮਤ ਹਾਂ। 86 ਤੀਰ ਅਨੇਕਾਂ ਇਹਨਾਂ ਨੇ ਮਾਰੇ ਤੇ 86 ਤੌਰ ਤੇ ਸਾਨੂੰ ਬਥੇਰਾ ਇਹਨਾਂ ਨੇ ਨੁਕਸਾਨ ਪਹੁੰਚਾਇਆ। ਅਸੀਂ ਨਹੀਂ ਰੋ ਸਕਦੇ, ਚਲੋ ਕੋਈ ਗੱਲ ਨਹੀਂ, ਅਸੀਂ ਥੋੜਾ ਖਾਧਾ ਸੀ ਇਸ ਵੱਡੇ ਭਰਾ ਨੇ, ਚਲੋ ਜ਼ਿਆਦਾ ਹੀ ਸੀ, ਹਾਲਾਂਕਿ ਤੇ ਛੋਟੇ ਦਾ ਹੱਥ ਜ਼ਿਆਦਾ ਬਣਦਾ ਸੀ ਤੇ ਵੱਡੇ ਨੂੰ ਆਪਣਾ ਫਰਜ਼ ਸਮਝਣਾ ਚਾਹੀਦਾ ਸੀ, ਪਰ ਨਹੀਂ, ਚਲੋ ਕੋਈ ਗੱਲ ਨਹੀਂ, ਇਹਦੇ ਕੋਲ ਧਨ ਜ਼ਿਆਦਾ ਹੋਵੇ ਚਲੋ ਸਾਡੇ। ਪਰ ਜਦ ਘਰ ਦੇ ਪੱਗ ਲਾ ਦਿੱਤੀ ਗਈ ਤਾਂ ਮਜਬੂਰਨ ਇਕਬਾਲ ਦੀ ਤਰ੍ਹਾਂ ਕਹਿਣਾ ਪਿਆ, ਮੁੱਦ ਤੇ ਗੁਜਰੀ ਹੈ ਇਤਨੀ, ਰੰਜੋ ਗਮ ਸਹਿਤੇ ਹੋਏ, ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ। ਹੁਣ ਲੱਜਾ ਆਉਂਦੀ ਹੈ ਇਸ ਦੇਸ਼ ਨੂੰ ਆਪਣਾ ਦੇਸ਼ ਕਿਸ ਤਰ੍ਹਾਂ ਆਖੀਏ, ਜਿੱਥੇ ਬੱਸਾਂ ਵਿੱਚ ਬੈਠੇ ਹਾਂ ਸਾਡੀ ਤਲਾਸ਼ੀ, ਗੱਡੀ ਵਿੱਚ ਬੈਠੇ ਹਾਂ ਤੇ ਸਾਨੂੰ ਇੰਝ ਦੇਖਣ ਵੀ ਇਹ ਡਾਕੂ ਬੈਠੇ, ਤੇ ਜੇ ਜਹਾਜ਼ ਦੇ ਸਫ਼ਰ ਕਰੀਏ ਤੇ ਆਖਣ ਕਿਰਪਾਨ ਲਾ ਦੇ, ਕਿਸ ਤਰ੍ਹਾਂ ਅਸੀਂ ਇਹ ਦੇਸ਼ ਸਾਡਾ। ਕਦਮ ਕਦਮ ਤੇ ਸ਼ਰਮਸਾਰੀ, ਕਦਮ ਕਦਮ ਦੇ ਉੱਤੇ ਦੇਸ਼ ਸੀ। ਤੇ ਦਿੱਲੀ ਵਿੱਚ ਮੈਂ ਥੋੜੀ ਜਿਹੀ ਗੁਰਬਾਣੀ ਦੀ ਵਿਚਾਰ ਕਰਦੇ ਆਇਆ, ਮੌਜੂਦਾ ਦੌਰ ਦੇ ਸਤਾਧਾਰੀਆਂ ਦੀ ਵਧੀਕੀ ਦਾ ਜ਼ਿਕਰ ਕੀਤਾ ਤੇ ਦਿੱਲੀ ਤੋਂ ਹੀ ਨੱਸਣਾ ਪਿਆ, ਪ੍ਰੋਫੈਸਰ ਦਰਸ਼ਨ ਸਿੰਘ ਨੂੰ ਵੀ ਨੱਸਣਾ ਪਿਆ। ਹੱਦ ਹੋ ਗਏ, ਇਹ ਦੇਸ਼ ਆਪਣਾ, ਇਹ ਕੋਈ ਆਪਣਾ ਘਰ ਹੈ? ਮੈਂ ਕਰਨੀ, ਮੈਂ ਤੇ ਨਹੀਂ ਕਹਿੰਦਾ ਕਿ ਅਸੀਂ ਇਸ ਘਰ ਨੂੰ ਛੱਡ ਜਾਣਾ, ਇਹ ਨਹੀਂ ਕਹਿੰਦਾ। ਫਲਕ ਕੋ ਜ਼ਿਦ ਹੈ ਹਮੀ ਪੇ ਬਿਜਲੀਆਂ ਗਿਰਾਨੇ ਕੀ, ਪਰ ਹਮੇ ਭੀ ਜ਼ਿਦ ਹੈ ਯਹੀ ਪੇ ਆਸ਼ੀਆਂ ਬਣਾਉਣ। ਤੁਸੀਂ ਹਾਂਜੀ, ਫਲਕ ਕੋ ਜ਼ਿਦ ਹੈ ਹਮੀ ਪੇ ਬਿਜਲੀਆਂ ਗਿਰਾਨੇ ਕੀ, ਪਰ ਹਮੇ ਵੀ ਜ਼ਿਦ ਹੈ ਯਹੀ ਪੇ ਆਸ਼ੀਆਂ ਬਣਾਉਣ। ਤੁਸੀਂ ਆਪਣਾ ਆਪਣੀ ਜ਼ਿਦ ਪੂਰੀ ਕਰ ਲਓ, ਅਸੀਂ ਹੁਣ ਆਪਣੀ ਜ਼ਿਦ ਪੂਰੀ ਕਰਨੀ। ਔਰ ਸਿੰਘ ਜੀ ਇਕਾਗਰਤਾ ਪ੍ਰਦਾਨ ਕਰਨੀ। ਸੋ ਮੈਂ ਇਤਨੀ ਅਰਜ਼ ਕਰਾਂ, ਸੋ ਮੈਂ ਅਰਜ਼ ਕਰਾਂ ਦੇਸ਼ ਦੇ ਸਤਾਧਾਰੀਆਂ ਨੂੰ ਕਹਿ ਦਿਆਂ, ਤੁਸੀਂ ਆਪਣੀ ਜ਼ਿਦ ਪੂਰੀ ਕਰਦੇ ਜਾ ਰਹੇ ਹੋ ਔਰ ਪੂਰੀ ਕਰ ਰਹੇ ਹੋ, ਤੇ ਹੁਣ ਅਸੀਂ ਆਪਣੀ ਜ਼ਿਦ ਪੂਰੀ ਕਰਾਂਗੇ। ਔਰ ਜ਼ਿਦ ਨਾਲ ਜ਼ਿਦ ਟਕਰਾਈ ਹੈ। ਕਹਿੰਦੇ ਨੇ ਭੋਲਾ ਬੰਦਾ ਜੋਗੀ ਆਉਂਦਾ, ਤੇ ਜੋਗੀ ਜਦ ਹੱਥ ਤੇ ਆਉਂਦਾ ਰਾਜਿਆਂ ਦੇ ਸਿੰਘਾਸਣ ਡੁੱਲ ਜਾਂਦੇ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਰਹਿਮਤ ਕਰਨ, ਬਖਸ਼ਿਸ਼ ਕਰਨ, ਸਮਰੱਥਾ ਦੇਣ ਔਰ ਤਾਜ਼ਗੀ ਦੇਣ, ਸਮਰੱਥਾ ਦੇਣ ਔਰ ਤਾਜ਼ਗੀ ਦੇਣ, ਹਿੰਮਤ ਦੇਣ, ਦਲੇਰੀ ਦੇਣ, ਔਰ ਇਹ ਸਾਡਾ ਇਹ ਜਜ਼ਬਾ ਬਣਿਆ ਰਹੇ ਤਾਂ ਕਿ ਅਸੀਂ ਵਕਤ ਸਿਰ ਔਰ ਵਕਤ ਤੋਂ ਪਹਿਲੇ ਆਪਣੇ ਮੰਜ਼ਲੇ ਮਕਸੂਦ ਤੱਕ ਪਹੁੰਚੀਏ ਤੇ ਮਕਸਦ ਦੀ ਜੋ ਹੈ ਪ੍ਰਾਪਤੀ ਕਰ ਸਕੀਏ। ਇਤਨੇ ਸ਼ਬਦ ਕਹਿੰਦੇ ਹੋਇਆ ਆਪ ਤੋਂ ਜੋ ਹੈ ਖਿਮਾ ਦੀ ਯਾਚਨਾ, ਥੋੜਾ ਜਿਹਾ ਪ੍ਰੋਗਰਾਮ ਆਪ ਸਰਵਣ ਕਰ ਲੈਣਾ। ਸਵੇਰੇ ਦਰਬਾਰ ਸਾਹਿਬ ਤੋਂ ਜੋ ਮੁਖਵਾਕ ਆਏਗਾ ਦਾਸ ਡਿਊਟੀ ਲੱਗੀ ਹੈ 7:30 ਤੋਂ ਲੈ ਕੇ 7:15-8 ਵਜੇ ਤੱਕ ਦਾਸ ਉਸ ਮੁਖਵਾਕ ਦੀ ਕਥਾ ਕਰੇਗਾ। ਫਿਰ 9 ਵਜੇ ਜੋ ਪੰਜ ਸਿੰਘ ਸਾਹਿਬਾਨ ਨੇ ਅਖੰਡ ਪਾਠ ਸਾਹਿਬ ਰਖਾਇਆ ਹੋਇਆ ਉਹਦਾ 9 ਵਜੇ ਭੋਗ ਪਏਗਾ।
ਉਸ ਤੋਂ ਬਾਅਦ ਪ੍ਰੋਫੈਸਰ ਦਰਸ਼ਨ ਸਿੰਘ ਜੀ ਆਪ ਨੂੰ ਗਾਲਬਨ ਅੱਧਾ ਘੰਟਾ ਕੀਰਤਨ ਸ਼ਰਵਨ ਕਰਾਣਗੇ, ਉਸ ਤੋਂ ਬਾਅਦ ਦਾਸ ਫਿਰ ਅੱਧਾ ਘੰਟਾ ਤੁਹਾਡੇ ਸਾਹਮਣੇ ਵਿਚਾਰ ਰੱਖੇਗਾ। ਸੋ ਇਸ ਤਰੀਕੇ